ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂ ਸੁਖਬੀਰ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੇ ਨਾਲ ਰਹੇ ਕੈਬਨਿਟ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹੇ ਕੈਬਨਿਟ ਮੰਤਰੀ, ਤਮਾਮ ਉਹ ਲੀਡਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਆਗੂ ਨੇ, ਨੇਤਾ ਨੇ, ਜਾਂ ਫਿਰ ਸਾਬਕਾ ਆਗੂ ਰਹਿ ਚੁੱਕੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤਾਲੁਕ ਰੱਖਦੇ ਨੇ, ਅਤੇ ਇਸ ਦੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਜਿਹੜੇ ਸਾਬਕਾ ਜਥੇਦਾਰ ਰਹਿ ਚੁੱਕੇ ਨੇ, ਦੋ ਜਥੇਦਾਰ ਜਿਨ੍ਹਾਂ ਨੂੰ ਹੁਣ ਤਲਬ ਕੀਤਾ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ। 2 ਦਸੰਬਰ ਜਿਹੜੀ ਆ ਇੱਕ ਵੱਡੀ ਸਿੰਘ ਸਾਹਿਬਾਨਾਂ ਦੇ ਵੱਲੋਂ ਇਕੱਤਰਤਾ ਜਿਹੜੀ ਸੱਦੀ ਗਈ ਹੈ, ਜਿਸ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਜਿਸ ਦੀ ਉਡੀਕ ਸੀ, ਹੋ ਸਕਦਾ ਉਸ 'ਤੇ ਵਿਰਾਮ ਲੱਗ ਜਾਵੇ, ਉਡੀਕ ਆਦੀ ਸੀ, ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ, ਉਸ ਉੱਤੇ ਫੈਸਲਾ ਜਿਹੜਾ ਹੁਣ 2 ਦਸੰਬਰ ਨੂੰ ਆ ਸਕਦਾ। ਇੱਕ ਵੱਡੀ ਪੰਥਕ ਜਿਹੜੀ ਸਿਆਸਤ ਹੈ ਉਸ ਦੇ ਵਿੱਚ ਇਹ ਵੱਡੀ ਖਬਰ ਹੈ, ਖਾਸ ਤੌਰ 'ਤੇ ਅਕਾਲੀ ਸਿਆਸਤ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ। ਤਨਖਾਹੀਆਂ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਦੇ ਵਿੱਚ ਸਿੰਘ ਸਾਹਿਬਾਨਾਂ ਦੇ ਵੱਲੋਂ ਅਗਲੇ ਹਫ਼ਤੇ ਯਾਨੀ ਕਿ 2 ਦਸੰਬਰ ਨੂੰ ਇਕੱਤਰਤਾ ਕਰਕੇ ਫੈਸਲਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਸੁਣਾਇਆ ਜਾ ਸਕਦਾ ਹੈ। ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਹੀ ਵੱਖ ਹੋਏ ਇੱਕ ਖੇਮੇ ਦੀ ਅਰਜ਼ੀ ਦੇ ਉੱਤੇ ਯਾਨੀ ਕਿ ਸੁਧਾਰ ਲਹਿਰ, ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ 30 ਅਗਸਤ ਨੂੰ ਤਨਖਾਹੀਆ ਕਰਾਰ ਜਿਹੜਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅਗਲੇ ਦਿਨ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਦੇ ਨੇ ਅਤੇ ਆਪਣਾ ਸਪਸ਼ਟੀਕਰਨ ਜਿਹੜਾ ਪੇਸ਼ ਕਰਦੇ ਨੇ। ਸਾਲ 2007 ਤੋਂ ਲੈ ਕੇ ਸਾਲ 2017 ਤੱਕ ਹੋਈਆਂ ਤਮਾਮ ਗਲਤੀਆਂ ਗੁਨਾਹਾਂ ਨੂੰ ਆਪਣੀ ਝੋਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਪਵਾਇਆ। ਹੁਕਮ ਜਿਹੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏ, ਤਨਖਾਹੀਆ ਕਰਾਰ ਦੇ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਅਤੇ ਤਮਾਮ ਉਹਨਾਂ ਲੋਕਾਂ ਨੂੰ, ਉਹਨਾਂ ਸਾਬਕਾ ਮੰਤਰੀਆਂ ਨੂੰ ਜਿਹੜੇ ਮੰਤਰੀ ਮੰਡਲ ਦੇ ਵਿੱਚ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੇ ਸਮੇਂ, ਜਿਸ ਨੇ ਲਗਾਤਾਰ 10 ਸਾਲ ਸੂਬੇ ਦੀ ਸੱਤਾ ਵੀ ਹੰਢਾਈ, ਉਸ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਦੇ ਲਈ ਆਮ ਲੋਕਾਂ ਦੇ ਵਿੱਚ ਅਕਾਲੀ ਦਲ ਲੀਡਰਸ਼ਿਪ ਦੇ ਉੱਤੇ ਸਵਾਲ ਜਿਹੜੇ ਨੇ ਉਹ ਖੜ੍ਹੇ ਕੀਤੇ ਜਾਣ ਲੱਗੇ। ਸਭ ਤੋਂ ਪਹਿਲਾ ਸਵਾਲ ਸੀ ਡੇਰਾ ਸਿਰਸਾ ਮੁਖੀ ਦੇ ਵੱਲੋਂ ਪੰਜਾਬ ਦੇ ਅੰਦਰ ਆ ਕੇ ਸਲਾਬਤਪੁਰਾ ਡੇਰੇ ਦੇ ਵਿੱਚ 10ਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਵਾਂਗ ਸਵਾਂਗ ਰਚਿਆ ਜਾਂਦਾ, ਜਿਸ ਤੋਂ ਬਾਅਦ ਅੰਮ੍ਰਿਤ ਪਾਣ ਕਰਵਾਉਣ ਦੀ ਤਰ੍ਹਾਂ ਜਾਵੇਂ ਇੰਸਾ ਹੇਠ ਡੇਰਾ ਪ੍ਰੇਮੀਆਂ ਨੂੰ ਸਰਬੱਤ ਪਿਲਾ ਕੇ ਡੇਰਾ ਅਨੁਯਾਈਆਂ ਨੂੰ ਨਵਾਂ ਗੋਤ ਇੰਸਾ ਦਿੱਤਾ ਜਾਂਦਾ। ਇਸ ਘਟਨਾ ਤੋਂ ਬਾਅਦ ਸਿੱਖਾਂ ਦੇ ਵਿੱਚ ਰੋਸ ਦੀ ਲਹਿਰ ਦੌੜਦੀ ਹੈ, ਥਾਣਾ ਸਲਾਬਤਪੁਰਾ ਦੇ ਵਿੱਚ ਡੇਰਾ ਮੁਖੀ ਦੇ ਖਿਲਾਫ ਕੇਸ ਵੀ ਦਰਜ ਹੁੰਦਾ। ਇਸ ਤੋਂ ਬਾਅਦ ਡੇਰਾ ਪ੍ਰੇਮੀਆਂ ਅਤੇ ਸਿੱਖ ਭਾਈਚਾਰੇ ਦੇ ਵਿੱਚ ਟਕਰਾਅ ਵੀ ਵੱਧਦਾ ਹੈ। ਵਿਧਾਨ ਸਭਾ ਚੋਣਾਂ ਆਉਂਦੀਆਂ ਨੇ 2012 ਦੀਆਂ, ਉਸ ਤੋਂ ਪਹਿਲਾਂ, ਠੀਕ ਪਹਿਲਾਂ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਡੇਰਾ ਮੁਖੀ ਦੇ ਖਿਲਾਫ ਚੱਲ ਰਹੇ ਪੁਸ਼ਾਕ ਮਾਮਲਾ ਵਾਪਸ ਲੈਣ ਦੀ ਬਠਿੰਡਾ ਕੋਰਟ ਦੇ ਵਿੱਚ ਇੱਕ ਅਰਜ਼ੀ ਦਾਇਰ ਹੋ ਜਾਂਦੀ ਹੈ, ਜਿਸ ਲਈ ਪੰਥਕ ਧਿਰਾਂ ਨੇ ਉਸ ਵੇਲੇ ਡਿਪਟੀ ਮੁੱਖ ਮੰਤਰੀ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਲਈ ਕੀਤੇ ਸੌਦੇ ਦੇ ਉੱਤੇ ਤੌਰ 'ਤੇ ਇਲਜ਼ਾਮ ਲਗਾ ਦਿੱਤੇ ਕਿ ਇਸ ਚੋਣ ਦੇ ਵਿੱਚ ਹੀ ਇਜ਼ਹਾਰ ਆਲਮ ਪਰਿਵਾਰ ਨੂੰ ਮਲੇਰਕੋਟਲਾ ਤੋਂ ਅਕਾਲੀ ਦਲ ਨੇ ਟਿਕਟ ਦੇ ਦਿੱਤੀ, ਜਿਸ ਦੇ ਨਾਲ ਸਿੱਖਾਂ ਦੇ ਵਿੱਚ ਖਾਸਾ ਰੋਸ ਵੇਖਣ ਨੂੰ ਮਿਲਿਆ। ਪਰ ਇਸ ਰੋਹ ਦੇ ਬਾਵਜੂਦ ਸਰਕਾਰ ਜਿਹੜੀ ਹੈ ਮੁੜ ਤੋਂ ਅਕਾਲੀ ਦਲ ਦੀ ਬਣੀ ਅਤੇ ਮਾਰਚ 2012 ਦੇ ਵਿੱਚ ਸੁਮੇਧ ਸੈਣੀ ਨੂੰ DGP ਲਗਾ ਦਿੱਤਾ ਗਿਆ। ਸਿੱਖ ਕੌਮ ਦਾ ਗੁੱਸਾ ਹੁਣ 7ਵੇਂ ਆਸਮਾਨ 'ਤੇ ਸੀ। ਬਹੁਤ ਸਾਰੀਆਂ ਕਾਨੂੰਨੀ ਵਿਵਸਥਾਵਾਂ ਦੀਆਂ ਘਟਨਾਵਾਂ ਵੀ ਵਾਪਰੀਆਂ, ਜਿਸ ਨੇ ਅਕਾਲੀ ਸਰਕਾਰ ਨੂੰ ਕਟਗਹਿਰੇ ਦੇ ਵਿੱਚ ਖੜ੍ਹਾ ਕਰ ਦਿੱਤਾ। ਪਰ 1 ਜੂਨ 2015 ਨੂੰ ਬਰਗਾੜੀ ਦੇ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਣ ਵਾਲੇ ਮਾਮਲੇ ਨੇ
ਪੰਥਕ ਸਰਕਾਰ ਦਾ ਦਾਅਵਾ ਜਿਹੜਾ ਉਹ ਦਾਅਵਾ ਕਰਨ ਵਾਲੀ ਸਰਕਾਰ ਦੇ ਖਿਲਾਫ ਗੁੱਸਾ ਖੜਾ ਕਰ ਦਿੱਤਾ। ਫਿਰ ਅਚਾਨਕ 14 ਸਤੰਬਰ 2015 ਨੂੰ ਮੁਆਫੀ ਵਾਲਾ ਫੈਸਲਾ ਆਉਂਦਾ ਅਤੇ ਉਸ ਦਿਨ ਹੀ ਰਾਤ ਨੂੰ ਬਰਗਾੜੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਨਿਰਾਦਰ ਅਤੇ ਸਿੱਖਾਂ ਨੂੰ ਨੀਵਾਂ ਦਿਖਾਉਣ ਵਾਲੇ ਪੋਸਟਰ ਲੱਗਣੇ ਸ਼ੁਰੂ ਹੋ ਜਾਂਦੇ ਨੇ, ਜਿਸ ਤੋਂ ਬਾਅਦ ਸੰਗਤ ਸਰਕਾਰ ਅਤੇ ਅਕਾਲੀ ਦਲ ਦੇ ਖਿਲਾਫ ਖੁੱਲ੍ਹੇਆਮ ਖੁੱਲ੍ਹਾ ਰੋਸ ਪ੍ਰਗਟ ਕਰਨ ਲੱਗਦੀ ਹੈ। ਇਸ ਮਾਫ਼ੀ ਨੂੰ ਲੈ ਕੇ ਰੋਸ ਤਾਂ ਸੰਗਤ ਦੇ ਵਿੱਚ ਹੈ ਹੀ ਸੀ। SGPC ਦੇ ਵੱਲੋਂ ਜਾਰੀ ਅਖ਼ਬਾਰ ਵਾਲੇ ਇਸ਼ਤਿਹਾਰ ਨੇ ਸੰਗਤ ਦੇ ਰੋਹ ਨੂੰ ਅੱਗੇ ਤੋਰਿਆ। 12 ਅਕਤੂਬਰ ਦੀ ਰਾਤ ਨੂੰ ਲਾਪਤਾ ਸਰੂਪ ਦੇ ਅੰਗ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਖਿਲਰੇ ਮਿਲਦੇ ਨੇ ਅਤੇ ਸੰਗਤ ਕੋਟਕਪੁਰਾ ਦੇ ਵਿੱਚ ਧਰਨਾ ਲਗਾਉਂਦੀ ਹੈ। ਇਹ ਜੋ ਮੈਂ ਤੁਹਾਨੂੰ ਦੱਸ ਰਿਹਾ, ਇਸ ਦਾ ਸਿੱਧਾ ਸਿੱਧਾ ਸੰਬੰਧ ਤਨਖਾਹੀਆ ਕਰਾਰ ਕਰਨ ਦੇ ਉੱਤੇ ਹੈ। ਤੁਹਾਨੂੰ ਅੱਗੇ ਦੱਸ ਦਿੰਦੇ ਹਾਂ ਕਿ ਇਸ ਦੌਰਾਨ ਇਨਸਾਫ ਮੰਗ ਰਹੀ ਸੰਗਤ ਅਤੇ ਪੁਲਿਸ ਦਾ ਤਸ਼ੱਦਦ ਵਿਟਾਇਆ ਜਾਂਦਾ ਅਤੇ ਫਿਰ ਇਸ ਤਸ਼ੱਦਦ ਦਾ ਬਹਿਬਲ ਕਲਾਂ ਰੋਸ ਪ੍ਰਗਟ ਕਰ ਰਹੀ ਸੰਗਤ 'ਤੇ ਗੋਲੀ ਚੱਲਦੀ ਹੈ, ਜਿਸ ਦੇ ਵਿੱਚ 2 ਸਿੰਘ ਸ਼ਹੀਦ ਵੀ ਹੁੰਦੇ ਨੇ। 23 ਅਕਤੂਬਰ ਨੂੰ ਡੇਰਾ ਸਾਧ ਨੂੰ ਦਿੱਤੀ ਮੁਆਫ਼ੀ ਵਾਪਸ ਲੈ ਲਈ ਜਾਂਦੀ ਹੈ ਅਤੇ ਅਗਲੇ ਦਿਨ ਹੀ ਸੁਮੇਧ ਸੈਣੀ ਨੂੰ ਵੀ ਹਟਾ ਦਿੱਤਾ ਜਾਂਦਾ ਹੈ। ਇਸ ਘਟਨਾ ਨੂੰ ਲੈ ਕੇ ਸੁਖਬੀਰ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਕਟਹਿਰੇ ਦੇ ਵਿੱਚ ਖੜ੍ਹੀ ਹੈ। ਇਸ ਨੂੰ ਲੈ ਕੇ ਅਕਾਲੀ ਦਲ ਦਾ ਇੱਕ ਧੜਾ ਬਾਗੀ ਹੁੰਦਾ ਹੈ, 25 ਜੂਨ 2024 ਨੂੰ ਜਲੰਧਰ ਮੀਟਿੰਗ ਕਰਦਾ ਅਤੇ 1 ਜੁਲਾਈ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਜਾਂਦੇ ਨੇ। ਇਸ ਤੋਂ ਬਾਅਦ ਸਿੰਘ ਸਾਹਿਬਾਨ ਬਾਗੀ ਧਿਰ ਦੇ ਵੱਲੋਂ ਦਿੱਤੀ ਸ਼ਿਕਾਇਤ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਲੈਂਦੇ ਨੇ ਅਤੇ ਫਿਰ 30 ਅਗਸਤ ਨੂੰ ਸਿੰਘ ਸਾਹਿਬਾਨ ਇੱਕ ਇਕੱਤਰਤਾ ਦਾ ਐਲਾਨ ਕਰਦੇ ਨੇ। ਪਰ ਠੀਕ 12 ਘੰਟੇ ਪਹਿਲਾਂ ਸੁਖਬੀਰ ਸਿੰਘ ਬਾਦਲ ਬਤੌਰ ਅਕਾਲੀ ਦਲ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਐਲਾਨ ਦਿੰਦੇ ਨੇ। 30 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਦਿੱਤੇ ਜਾਂਦੇ ਨੇ, ਜਿਹੜੇ ਕਿ ਮੌਜੂਦਾ ਸਮੇਂ ਦੇ ਵਿੱਚ ਵੀ ਤਨਖਾਹੀਆ ਨੇ। ਅਤੇ ਹੁਣ ਲਗਾਤਾਰ ਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਇਹ ਅਪੀਲ ਕੀਤੀ ਜਾ ਰਹੀ ਸੀ ਕਿ ਜਲਦ ਤੋਂ ਜਲਦ ਸਿੰਘ ਸਾਹਿਬਾਨਾਂ ਨੂੰ ਫੈਸਲਾ ਜਿਹੜਾ ਸੁਣਾਉਣਾ ਚਾਹੀਦਾ, ਸਜ਼ਾ ਜਿਹੜੀ ਹੈ ਲਾਉਣੀ ਚਾਹੀਦੀ ਹੈ। ਆਖਿਰਕਾਰ 2 ਦਸੰਬਰ ਨੂੰ ਇੱਕ ਪੰਥਕ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਜਿਹੜੀ ਹੈ ਉਸ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੇ ਵਿੱਚ ਸਿੰਘ ਸਾਹਿਬਾਨ ਹੋ ਸਕਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੱਡਾ ਫੈਸਲਾ ਸੁਣਾ ਸਕਦੇ ਨੇ। ਇਸ ਦੇ ਨਾਲ ਹੀ ਸਾਬਕਾ ਜਥੇਦਾਰ ਗੁਰਬਚਨ ਸਿੰਘ ਅਤੇ ਗੁਰਮੁਖ ਸਿੰਘ ਨੂੰ ਲੈ ਕੇ ਵੀ ਸਿੰਘ ਸਾਹਿਬਾਨਾਂ ਨੇ ਜਿਨ੍ਹਾਂ ਨੂੰ ਤਲਬ ਕੀਤਾ ਹੈ ਉਸ ਉੱਤੇ ਵੀ ਵੱਡਾ ਫੈਸਲਾ ਹੋ ਸਕਦਾ ਅਤੇ ਤਮਾਮ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ, ਭਾਵੇਂ ਉਹ ਮੌਜੂਦਾ ਅਧਿਕਾਰੀ ਨੇ, ਮੌਜੂਦਾ ਨੇਤਾ ਨੇ, ਆਗੂ ਨੇ ਜਾਂ ਫਿਰ ਸਾਬਕਾ ਆਗੂ ਨੇ, ਉਹਨਾਂ ਸਭ ਨੂੰ ਤਲਬ ਕੀਤਾ ਗਿਆ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ, ਕਾਰਜਕਾਲ ਦੇ ਵਿੱਚ ਸੇਵਾਵਾਂ ਜਿਹੜੀਆਂ ਨੇ ਉਹ ਨਿਭਾਈਆਂ ਗਈਆਂ ਸੀ, ਕਿਸ ਤਰੀਕੇ ਦੀਆਂ ਸੇਵਾਵਾਂ ਸੀ ਉਸ ਉੱਤੇ ਜ਼ਿਕਰ ਹੋਵੇਗਾ ਅਤੇ ਤਨਖਾਹੀਆ ਕਰਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੀ 2 ਦਸੰਬਰ ਨੂੰ ਫੈਸਲਾ ਜਿਹੜਾ ਸੁਣਾਇਆ ਜਾ ਸਕਦਾ ਹੈ।